ਦਿਨ ਅੰਮ੍ਰਿਤਸਰ ਦੇ ਇਲਾਕਾ ਕੋਟ ਖਾਲਸਾ ਨਿਊ ਆਜ਼ਾਦ ਨਗਰ ਤੋਂ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਦੋ ਵਿਅਕਤੀਆਂ ਵੱਲੋਂ ਬਹਾਨੇ ਨਾਲ ਘਰ ਵਿੱਚ ਦਾਖਲ ਹੋ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਮ੍ਰਿਤਕਾ ਬਲਜੀਤ ਕੌਰ ਦੇ ਪਤੀ ਜੋ ਕਿ CRPF ਵਿੱਚ DSP ਅਹੁਦੇ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ, ਪਹਿਲੀ ਗ੍ਰਿਫਤਾਰੀ ਉਸਦੀ ਕੀਤੀ ਤੇ ਦੂਜੀ ਗ੍ਰਿਫਤਾਰੀ ਉਸਦੀ ਪ੍ਰੇਮਿਕਾ ਬੀਰਪਾਲ ਕੌਰ ਦੀ ਕੀਤੀ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ, ਤੇ ਤੀਜੀ ਗ੍ਰਿਫਤਾਰੀ ਵਿੱਚ ਮਲੋਟ ਦੇ ਇੱਕ ਬਾਬੇ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੋਪੀ ਗੁਰਵਿੰਦਰ ਸਿੰਘ ਜੋ ਕਿ ਮ੍ਰਿਤਕ ਦਾ ਪਤੀ ਹੈ, ਉਸਦਾ ਆਪਣੀ ਪਤਨੀ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ ਤੇ ਉਹ ਆਪਣੀ ਪਤਨੀ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦਾ ਸੀ, ਜਿਸ ਦੇ ਚਲਦੇ ਉਸਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਆਪਣੀ ਪਤਨੀ ਨੂੰ ਆਪਣੇ ਰਸਤੇ ਤੋਂ ਹਮੇਸ਼ਾ ਲਈ ਹਟਾ ਦਿੱਤਾ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਵੀਰਪਾਲ ਕੌਰ ਤੇ ਗੁਰਵਿੰਦਰ ਮਲੋਟ ਦੇ ਇੱਕ ਬਾਬੇ ਨੂੰ ਮੰਨਦੇ ਸਨ ਤੇ ਗੁਰਵਿੰਦਰ ਨੇ ਉਸ ਬਾਬੇ ਨੂੰ ਆਪਣੀ ਪਤਨੀ ਦੇ ਕਤਲ ਲਈ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਤੇ ਅੱਗੋ ਬਾਬੇ ਨੇ ਆਪਣੇ 2 ਚੇਲਿਆਂ ਨੂੰ 2 ਲੱਖ ਰੁਪਏ ਦੇ ਕੇ ਇਸ ਕੰਮ ਲਈ ਰਾਜੀ ਕੀਤਾ। ਬਾਬੇ ਦੇ ਚੇਲਿਆਂ ਚੋਂ ਇੱਕ ਦਾ ਨਾਮ ਦੇਸਾ ਤੇ ਦੂਜੇ ਦਾ ਨਾਮ ਸੁਖਦੀਪ ਸਿੰਘ ਦੱਸਿਆ ਜਾ ਰਿਹਾ ਹੈ। ਮਰਡਰ ਹੋਇਆ ਸੀਗਾ, ਸੋ ਇਹ ਜਿਹੜੀ ਬਲਜੀਤ ਕੌਰ ਆ ਇਹਦੀ ਜਿਹੜਾ ਮੈਰਿਜ ਹੋਈ ਸੀਗੀ ਇੰਸਪੈਕਟਰ ਗੁਰਵਿੰਦਰ ਸਿੰਘ ਆ ਜਿਹੜਾ CRPF ਦੇ ਵਿੱਚ ਤੈਨਾਤ ਆ ਚੰਡੀਗੜ੍ਹ ਦੇ ਵਿੱਚ। ਸੋ ਇਹ ਜਦੋਂ ਇਹਦੇ 'ਚ CIA ਐਂਡ ਜਿਹੜੀ ਪੁਲਿਸ ਸਟੇਸ਼ਨ ਆ ਇਹਨਾਂ ਨੇ ਮਿਲ ਕੇ ਇਨਵੈਸਟੀਗੇਸ਼ਨ ਕੀਤੀ ਇਹਦੇ ਵਿੱਚ। ਸੋ ਜ਼ਿਆਦਾ ਜਿਹੜਾ ਹੈ ਉਹ CIA ਅੰਡਰ ਦੀ ਸੁਪਰਵਿਜ਼ਨ ਆਫ ਸਾਡੇ DCP D ਜਿਹੜੇ ਇਹਨਾਂ ਦੇ ਅੰਡਰ ਇਹਨਾਂ ਨੇ ਕੀਤੀ ਇਨਵੈਸਟੀਗੇਸ਼ਨ। ਇਹ 'ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇੰਸਪੈਕਟਰ ਗੁਰਵਿੰਦਰ ਸਿੰਘ ਆ ਇਹੀ ਮੇਨ ਦੋਸ਼ੀ ਪਾਇਆ ਗਿਆ ਜੀ ਇਹਦੇ ਵਿੱਚ। ਔਰ ਇਹਦਾ ਗੁਰਵਿੰਦਰ ਸਿੰਘ ਦਾ ਇੱਕ ਵੀਰਪਾਲ ਕੌਰ ਨਾਮ ਦੀ ਲੇਡੀ ਹੈ ਜਲੰਧਰ ਦੀ, ਉਹਦੇ ਨਾਲ ਇਲੀਸਿਟ ਰਿਲੇਸ਼ਨ ਸੀਗੇ ਇਹਨਾਂ ਨੇ ਇਕੱਠੇ ਇਨ ਕਰਾਈਮੈਂਸ ਕਿ ਵੀ ਕਿਸ ਤਰੀਕੇ ਨਾਲ ਇਹਨੂੰ ਮਾਰਿਆ ਜਾਵੇ। ਇਹਨਾਂ ਨੇ ਅੱਗੇ ਇੱਕ ਗੁਰਵਿੰਦਰ ਸਿੰਘ ਬਾਬਾ ਹੈਗਾ ਡੱਬ ਵਾਲੀ ਦਾ, ਉਹਦੇ ਨਾਲ ਇਹਨਾਂ ਨੇ ਕੌਨਸਪੀਰੇਸੀ ਕੀਤੀ। ਉਹ ਬਾਬੇ ਨੂੰ ਇਹਨਾਂ ਨੇ 5 ਲੱਖ ਰੁਪਇਆ ਸੁਪਾਰੀ ਦੇਣੀ ਕੀਤੀ ਸੀਗੀ ਇਸ ਮਰਡਰ ਦੇ ਵਾਸਤੇ। ਫਰਦਰ ਜਿਹੜੇ 2 ਬੰਦੇ ਇੱਥੇ ਆਏ ਸੀਗੇ ਜਿਹੜੇ ਤੁਸੀਂ ਆਪਾਂ ਵੀ ਦੇਖਿਆ ਵਾ, ਉਹਦੇ ਵਿੱਚ ਇੱਕ ਸੁਖਦੀਪ ਸਿੰਘ ਦੀਪਾ ਔਰ ਇੱਕ ਦੇਸਾ ਪੁੱਤਰ ਜਗਤਾਰ ਸਿੰਘ ਆ, ਇੱਕ ਸੇਖਵਾਂ ਥਾਣਾ ਰਾਮਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਵਾ, ਦੂਸਰਾ ਜਿਹੜਾ ਉਹ ਮਸੀਤਾ ਪਿੰਡ ਆ ਡੱਬ ਵਾਲੀ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਵਾ। ਸੋ ਇਹ 2 ਜਣੇ ਇੱਥੇ ਆਏ ਸੀਗੇ। ਇਸ ਤੋਂ ਪਹਿਲਾਂ 12 ਤਰੀਕ ਨੂੰ ਜਿਹੜੀ ਇਹ ਲੇਡੀ ਵੀਰਪਾਲ ਕੌਰ ਉਹ ਵੀ ਇਹਨਾਂ ਦੋਨਾਂ ਦੇ ਨਾਲ ਆਈ ਸੀ, ਆ ਕੇ ਬਕਾਇਦਾ ਇਹਨਾਂ ਨੂੰ ਘਰ ਦਿਖਾ ਕੇ ਗਈ ਉਹ ਜਿਹੜਾ ਇਹਦਾ ਰੈਜੀਡੈਂਸ ਸੀਗਾ ਕੋਟ ਖਾਲਸਾ ਦੇ ਵਿੱਚ। ਉਸ ਤੋਂ ਬਾਅਦ ਇਹ 12 ਤਰੀਕ ਨੂੰ ਇਹ ਜਿਸ ਦਿਨ ਇਹਨਾਂ ਨੇ ਕਤਲ ਕੀਤਾ ਉਸ ਤੋਂ ਇੱਕ ਰਾਤ ਪਹਿਲਾਂ ਆ ਕੇ ਇੱਥੇ ਹੀ ਰੁਕੇ ਸੀਗੇ ਇਹ ਜਿਹੜੇ ਦੋਨੇ ਬੰਦੇ ਸੀਗੇ। ਫਿਰ ਨੈਕਸਟ ਡੇ ਉੱਥੇ ਗਏ, ਉੱਥੇ ਜਾ ਕੇ ਇਹਨਾਂ ਨੇ ਬਕਾਇਦਾ ਬੈੱਲ ਵਜਾ ਕੇ ਉਸ ਲੇਡੀ ਨੂੰ ਕਿਹਾ ਕਿ ਸਾਨੂੰ ਤੇਰੇ ਹਸਬੈਂਡ ਨੇ ਭੇਜਿਆ ਵਾ, ਅਸੀਂ ਕੋਈ ਸਮਾਨ ਦੇਣ ਵਾਸਤੇ ਆਏ ਹਾਂ ਤੈਨੂੰ। ਉਹਦੇ ਨਾਲ ਈਵਨ ਗੱਲ ਕਰਾਈ ਇਹਨਾਂ ਨੇ ਫੋਨ ਦੇ ਉੱਤੇ। ਸੋ ਕਾਫੀ ਡੂੰਘਾਈ ਦੇ ਵਿੱਚ ਇਹਦੇ 'ਚ ਤਫਤੀਸ਼ ਕੀਤੀ ਆ। ਹੁਣ ਇਹਦੇ ਵਿੱਚ ਗੁਰਵਿੰਦਰ ਸਿੰਘ ਜਿਹੜਾ ਹੈ ਉਹਨੂੰ ਔਰ ਜਿਹੜੀ ਲੇਡੀ ਹੈ ਵੀਰਪਾਲ ਕੌਰ ਉਹਨੂੰ ਔਰ ਗੁਰਵਿੰਦਰ ਸਿੰਘ ਬਾਬਾ ਜਿਹਨੇ ਸਾਰਾ ਇਹਨਾਂ ਨੂੰ ਪਲੈਨਿੰਗ ਕਰਕੇ ਜਿਹੜੇ ਬੰਦੇ ਪ੍ਰੋਵਾਈਡ ਕੀਤੇ ਸੀ ਉਹਨਾਂ ਨੂੰ ਤਿੰਨਾਂ ਨੂੰ ਅਸੀਂ ਅਰੈਸਟ ਕਰ ਲਿਆ ਵਾ। 2 ਜਿਹੜੇ ਬੰਦੇ ਆ ਸੁਖਦੀਪ ਸਿੰਘ ਅਤੇ ਦੇਸਾ ਇਹ ਅਰੈਸਟ ਕਰਨ ਵਾਲੇ ਆ, ਉਹਦੇ ਵਾਸਤੇ ਸਾਡੀ ਟੀਮ ਉੱਧਰ ਗਈ ਹੋਈ ਆ ਆਲਰੇਡੀ ਬਠਿੰਡਾ ਡੱਬ ਵਾਲੀ ਦੇ ਏਰੀਆ 'ਚ। ਮੈਨੂੰ ਉਮੀਦ ਹੈ ਕਿ ਸ਼ਾਮ ਤੱਕ ਜਾਂ ਕੱਲ੍ਹ ਤੱਕ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਵਾਂਗੇ। ਔਰ ਜਿਹੜਾ ਮੇਨ ਮੋਟਿਵ ਸੀਗਾ ਉਹ ਸੀਗਾ ਕਿ ਇਹਦੇ ਇਲੀਸਿਟ ਰਿਲੇਸ਼ਨ ਸੀਗੇ ਵਾਈਫ ਨਾਲ, ਕਾਫੀ ਸਾਲਾਂ ਤੋਂ ਡਿਸਪਿਊਟ ਚੱਲ ਰਿਹਾ ਸੀਗਾ, ਇਹ ਆਪਣੀ ਵਾਈਫ ਤੋਂ ਮਤਲਬ ਪਿੱਛਾ ਛੁਡਾਉਣਾ ਚਾਹੁੰਦਾ ਸੀਗਾ ਔਰ ਫਿਰੌਤੀ ਦੇ ਕੇ ਇਹਨੇ ਕਤਲ ਕਰਾਇਆ ਇਹਦੇ ਵਿੱਚ ਜਿਹੜਾ ਇਸ ਬੰਦੇ ਦਾ। ਜੋ ਹੁਣ ਤੱਕ ਦੀ ਪੁੱਛਗਿੱਛ ਤੋਂ ਆਇਆ ਬਾਕੀ ਤਾਂ ਡੂੰਘਾਈ 'ਚ ਕਰਾਂਗੇ, ਪਰ ਮੇਨ ਕਾਰਨ ਇਹੀ ਹੈ ਕਿ ਜਿਹੜਾ ਇਹ ਲੇਡੀ ਨਾਲ ਜਿਹੜੇ ਅਵੈਧ ਸੰਬੰਧ ਸੀਗੇ ਇਹਨਾਂ ਨੇ ਹੀ ਦੋਨਾਂ ਨੇ ਮਿਲ ਕੇ ਕੌਨਸਪੀਰੇਸੀ ਕੀਤੀ ਇਸ ਸਾਰੇ। CCTV ਫੁਟੇਜ ਦੇ ਵਿੱਚ 2 ਬੰਦੇ ਜਿਹੜੇ ਆ ਵਿਜੀਬਲ ਆ, ਇੱਕ
ਕਿਉਂਕਿ ਜਿਸ ਦਿਨ ਇਹ ਮਰਡਰ ਹੋਇਆ ਉਸ ਦਿਨ ਉਹ ਦੋ ਬੰਦੇ ਹੀ ਆਏ ਸੀਗੇ। ਪੰਜ ਜਣੇ ਟੋਟਲ ਸ਼ਾਮਿਲ ਆ, ਦੋ ਜਣੇ ਮਾਰਨ ਵਾਲੇ, ਇੱਕ ਜਿਹੜਾ ਬਾਬਾ ਗੁਰਵਿੰਦਰ ਸਿੰਘ ਆ ਜਿਹੜਾ ਡੱਬ ਵਾਲੀ ਦਾ, ਜਿਨ੍ਹਾਂ ਨੇ ਹਾਇਰ ਕੀਤੇ ਬੰਦੇ ਉਹਦੇ ਹੀ ਅੱਗੋਂ ਫਰਦਰ ਉਹਨੇ ਹਾਇਰ ਕੀਤੇ, ਔਰ ਇੱਕ ਵੀਰਪਾਲ ਕੌਰ, ਇੱਕ ਜਿਹੜਾ ਗੁਰਵਿੰਦਰ ਸਿੰਘ ਆ ਆਪ ਸੋ, ਇੱਕ ਦੇਸਾ ਪੁੱਤਰ ਜਗਤਾਰ ਸਿੰਘ, ਉਹ ਹੈਗਾ ਹੈ ਰਾਮਾ ਥਾਣਾ ਹੈ, ਸੇਖਵਾਂ ਪਿੰਡ ਪੈਂਦਾ ਰਾਮਾ ਥਾਣੇ 'ਚ ਬਠਿੰਡੇ 'ਚ, ਉੱਥੇ ਦਾ ਰਹਿਣ ਵਾਲਾ ਵਾ। ਇੱਕ ਸੁਖਦੀਪ ਸਿੰਘ ਉਰਫ ਜੇ ਪੀ ਆ, ਪੁੱਤਰ ਸਰਬਜੀਤ ਸਿੰਘ, ਇਹ ਮਸੀਤਾ ਪਿੰਡ ਪੈਂਦਾ ਡੱਬ ਵਾਲੀ ਦੇ ਵਿੱਚ। ਦੋਨੇ ਮਤਲਬ ਸਾਡੇ ਕੋਲ ਇਹ ਕਲੂਜ਼ ਹੈਗੇ ਆ, ਨਹੀਂ ਐਸਾ ਕੋਈ ਅਜੇ ਸਾਹਮਣੇ ਨਹੀਂ ਆਈ ਗੱਲ, ਇਹ ਜਦੋਂ ਹੁਣ ਫੜੇ ਜਾਣਗੇ, ਜੋ ਅਜੇ ਤੱਕ ਸਾਹਮਣੇ ਆ ਰਿਹਾ ਕਿ ਬਾਬੇ ਦੇ ਹੀ ਜਿਹੜੇ ਉਹਦੇ ਨਾਲ ਹੀ ਇਨ ਟੱਚ ਸੀਗੇ, ਕਿਉਂਕਿ ਇਹਨਾਂ ਨੇ ਕਈ ਤਰੀਕੇ ਨਾਲ ਸੋਚਿਆ ਪਹਿਲਾਂ ਮਾਰਨ ਦੀ, ਉਹਨੇ ਇਹਨਾਂ ਨੂੰ ਕਿਹਾ ਕਿ ਮੈਂ ਉਹਨੂੰ ਇਸ ਤਰੀਕੇ ਨਾਲ ਮਾਰਾਂਗਾ ਕਿ ਪਤਾ ਹੀ ਨਹੀਂ ਚੱਲੇਗਾ ਕਿ ਕਤਲ ਆ, ਪਰ ਹੋ ਸਕਦਾ ਜਦੋਂ ਮਾਰਨ ਵਾਸਤੇ ਆਏ ਹੋਣ ਉਦੋਂ ਕੋਈ ਸਕਫਲ ਹੋ ਗਈ, ਕੀ ਹੋ ਗਿਆ, ਪਰ ਪਹਿਲਾਂ ਇਹਨਾਂ ਦਾ ਪਲੈਨ ਸੀਗਾ ਕਿ ਉਹਨੂੰ ਕੁਛ ਇਹੋ ਜਿਹਾ ਖਵਾ ਕੇ ਮਾਰ ਦਿੱਤਾ ਜਾਵੇ, ਤਾਂ ਜੋ ਮਤਲਬ ਉਹਦੇ ਕੋਲ ਜਾਣ ਘਰ ਜਾ ਕੇ ਹਸਬੈਂਡ ਦੇ ਬਿਹਾਫ 'ਤੇ ਮਿਲ ਕੇ ਕੁਛ ਇੱਦਾਂ ਦੀ ਚੀਜ਼ ਖਵਾ ਦੇਣ ਕਿ ਪਤਾ ਹੀ ਨਾ ਚੱਲੇ ਕਿ ਕਿੱਦਾਂ ਡੈਥ ਹੋ ਗਈ। ਪਰ ਬਾਅਦ ਦੇ ਵਿੱਚ ਜਿੱਦਾਂ ਅਸੀਂ ਉੱਥੇ ਸਪੋਟ 'ਤੇ ਵੀ ਅਸੀਂ ਨੋਟਿਸ ਕੀਤਾ ਹੈ ਕਿ ਪਹਿਲਾਂ ਇੱਕ ਰੂਮ 'ਚ ਸੀ ਫਿਰ ਦੂਸਰੇ ਰੂਮ 'ਚ ਸੀਗੀ, ਉਹ ਐਂ ਲੱਗਦਾ ਜਿੱਦਾਂ ਲਾਸਟ ਮੂਮੈਂਟ 'ਤੇ ਮੇ ਬੀ ਉਹਨੇ ਮਨਾ ਕਰਤਾ ਹੋਵੇ ਕੁਛ ਖਾਣ ਤੋਂ, ਫਿਰ ਇਹਨਾਂ ਨੇ ਉਹਨੂੰ ਸਟਰੈਂਗੂਲੇਟ ਕਰਕੇ ਮਾਰ ਦਿੱਤਾ। ਉਸ ਤੋਂ ਬਾਅਦ ਕੋਈ ਡੇਰਾ ਹੈ ਛੋਟਾ ਜਿਹਾ ਡੱਬ ਵਾਲੀ ਦੇ ਲਾਗੇ, ਉਹ ਬਾਬਾ ਅਸੀਂ ਲੈਂਦਾ ਹੈ ਜੀ ਫੜ ਕੇ, ਉਹ ਵੀ ਉਹ ਜਿਹੜੇ ਦੋ ਮੁੰਡੇ ਜਿਹੜੇ ਫਰਦਰ ਹਾਇਰ ਕੀਤੇ ਸੀਗੇ ਉਹ ਵੀ ਅਜੇ ਇੱਥੋਂ ਹੀ ਪੁੱਛਗਿੱਛ 'ਚ ਪਤਾ ਲੱਗਿਆ, ਉਹ ਮਤਲਬ ਇਹਦੇ ਹੀ ਅੱਗੇ ਚੇਲਾ ਟਾਈਪ ਸੀਗੇ ਜਿਹੜੇ ਦੋ ਮੁੰਡੇ ਸੀਗੇ। ਮਾਸਟਰ ਮਾਈਂਡ ਤਾਂ ਉਹਦਾ ਹਸਬੈਂਡ ਆ ਜੀ, ਜਿਹੜਾ ਇੰਸਪੈਕਟਰ ਗੁਰਵਿੰਦਰ ਸਿੰਘ ਆ ਉਹ ਮਾਸਟਰ ਮਾਈਂਡ ਆ, ਉਹਦਾ ਹੀ ਮੋਟਿਵ ਸੀਗਾ, ਉਹਨੇ ਵੀਰਪਾਲ ਕੌਰ ਨਾਲ ਗੱਲ ਕੀਤੀ, ਵੀਰਪਾਲ ਔਰ ਇਹ ਦੋਨੋਂ ਜਾ ਕੇ ਫਿਰ ਉਸ ਬਾਬੇ ਨੂੰ ਮਿਲੇ, ਬਾਬੇ ਨੇ ਇਹਨਾਂ ਨੂੰ ਦੋ ਬੰਦੇ ਜਿਹੜੇ ਹਾਇਰ ਕਰਕੇ ਦਿੱਤੇ, ਉਹਨੂੰ ਬਕਾਇਦਾ ਵੀਰਪਾਲ ਕੌਰ ਆ ਕੇ ਘਰ ਦਿਖਾ ਕੇ ਗਈ, ਤੇ ਉਸ ਤੋਂ ਨੈਕਸਟ ਡੇ ਫਿਰ ਇਹਨਾਂ ਨੇ ਅੰਜਾਮ ਦਿੱਤਾ ਇਸ ਵਾਰ ਦਾ। ਅੰਨੇ ਹੋਏ ਪ੍ਰੇਮੀ ਪ੍ਰੇਮਿਕਾ ਨੇ ਇੱਕ ਵਾਰ ਫਿਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਔਰਤ ਦਾ ਇੱਕ ਬੱਚਾ ਹੈ ਜੋ ਹੁਣ ਨਾ ਤਾਂ ਕਦੇ ਆਪਣੀ ਮਾਂ ਕੋਲ ਜਾ ਸਕਦਾ ਹੈ ਅਤੇ ਨਾ ਹੀ ਆਪਣੇ ਪਿਓ ਕੋਲ ਰਹਿ ਸਕਦਾ, ਕਿਉਂਕਿ ਬੱਚੇ ਦੇ ਪਿਤਾ ਯਾਨੀ ਕਿ ਬਲਜੀਤ ਕੌਰ ਦੇ ਪਤੀ ਨੂੰ ਕਤਲ ਦੇ ਕੇਸ ਵਿੱਚ ਸਜ਼ਾ ਹੋ ਚੁੱਕੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਧਰਮਵੀਰ ਗਿੱਲ ਦੀ ਰਿਪੋਰਟ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ ਤੇ ਵੀ, ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।